ਜਿਹੜਾ ਟੂਰਨਾਮੈਂਟ ਹੋ ਰਿਹਾ ਹੈ ਇਹ ਫੁੱਟਬਾਲ ਜਗਤ ਦੀ ਮਹਾਨ ਸ਼ਖਸੀਅਤ ਓਲੰਪੀਅਨ ਜਰਨੈਲ ਸਿੰਘ ਜੀ ਯਾਦਗਾਰ ਦੇ ਵਿੱਚ ਸਾਲਾਨਾ ਇਹ ਟੂਰਨਾਮੈਂਟ ਕਰਵਾਇਆ ਜਾ 19ਵਾਂ ਟੂਰਨਾਮੈਂਟ ਅੱਜ ਜਿਹੜਾ ਹੋ ਰਿਹਾ ਕਿਉਂਕਿ ਸਰਦਾਰ ਜਰਨੈਲ ਸਿੰਘ ਜੀ ਜਿੱਥੇ ਸਿੱਖੀ ਸਰੂਪ ਦੇ ਵਿੱਚ ਸਨ ਔਰ ਉਹਨਾਂ ਨੇ ਸਾਡੇ ਪੰਜਾਬ ਦਾ ਸਿੱਖਾਂ ਦਾ ਦੇਸ਼ ਦਾ ਨਾਂ ਜਿਹੜਾ ਹੈ ਸੰਸਾਰ ਦੇ ਵਿੱਚ ਉੱਘਾ ਕੀਤਾ ਓਲੰਪੀਅਨ ਦੇ ਵਿੱਚ ਜਾ ਕੇ ਉਹਨਾਂ ਨੇ ਬਹੁਤ ਵੱਡੀ ਜਿਹੜੀ ਹੈ ਪ੍ਰਾਪਤੀ ਹੈ ਜਿਹੜੀ ਫੁੱਟਬਾਲ ਦੇ ਵਿੱਚ ਬੜੀ ਮਿਹਨਤ ਦੇ ਨਾਲ ਉੱਥੇ ਪਹੁੰਚੇ ਨੇ ਸੋ ਜਿੱਥੇ ਅਸੀਂ ਇਸ ਗੱਲ ਦੀ ਮੈਂ ਬਹੁਤ ਬਹੁਤ ਵਧਾਈ ਦਿੰਦਾ ਕਿ ਇੱਥੋਂ ਦੇ ਜਿਹੜੇ ਕਮੇਟੀ ਹੈ ਮੈਮੋਰੀਅਲ ਕਮੇਟੀ ਹੈ ਉਹ ਹਰ ਸਾਲ ਇਸ ਟੂਰਨਾਮੈਂਟ ਕਰਵਾਉਂਦੀ ਹੈ ਮੈਂ ਸਮਝਦਾ ਇਹਨਾਂ ਟੂਰਨਾਮੈਂਟਾਂ ਤੋਂ ਸਾਡੀ ਆਪਣੀ ਜਨਰੇਸ਼ਨ ਹੈ ਆਉਣ ਵਾਲੇ ਜਿਹੜੇ ਖਿਡਾਰੀਆਂ ਨੇ ਉਹਨੂੰ ਪ੍ਰੇਰਨਾ ਮਿਲਦੀ ਹੈ ਕਿ ਅਸੀਂ ਵੀ ਇੱਕ ਚੰਗੇ ਖਿਡਾਰੀ ਪੈਦਾ ਹੋਈਏ ਔਰ ਦੇਸ਼ ਦਾ ਆਪਣੇ ਪਰਿਵਾਰ ਦਾ ਨਾਂ ਜਿਹੜਾ ਹੈ ਉੱਚਾ ਚੁੱਕੀਏ ਇਸ ਕਰਕੇ ਸਾਡੀ ਜਨਰੇਸ਼ਨ ਵਾਸਤੇ ਇੱਕ ਵਧੀਆ ਇਹ ਸਿਹਤ ਮਾਰਗ ਜਿਹੜਾ ਇਹ ਬਣਦਾ ਸੋ ਇਹਦੀ ਗੱਲ ਦੀ ਮੈਂ ਬਹੁਤ ਵਧਾਈ ਦਿੰਦਾ ਜੀ ਡੀ ਜੀ ਪੀ ਨੇ ਕੱਲ੍ਹ ਬਿਆਨ ਦਿੱਤਾ ਹੈ ਕਿ ਜਿਹੜੇ ਕਰਤਾਰਪੁਰ ਸਾਹਿਬ ਜਾਂਦੇ ਆ ਉਹ ਸ਼ਾਮ ਨੂੰ ਅੱਤਵਾਦੀ ਬਣ ਕੇ ਵਾਪਸ ਆ ਸਕਦੇ ਆ ਜੀ ਇਹਨਾਂ ਨੇ ਕੋਈ ਇਹੋ ਜਿਹਾ ਪਕੜਿਆ ਜਿਹੜਾ ਉਹਨਾਂ ਨੇ ਬਿਆਨ ਤਾਂ ਇੱਥੇ ਕੀ ਕਿਹਾ ਦੇਖੋ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਮੈਂ ਜੋ ਦਿਨਕਰ ਗੁਪਤਾ ਡੀ ਜੀ ਪੀ ਨੇ ਪੰਜਾਬ ਦੇ ਉਹਨਾਂ ਨੇ ਜੋ ਬਿਆਨ ਦਿੱਤਾ ਹੈ ਉਹਦੀ ਮੈਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਕਿਉਂਕਿ ਇਹ ਜਿਹੜਾ ਸ੍ਰੀ ਕਰਤਾਰਪੁਰ ਦਾ ਲੰਘ ਹੈ ਬੜੇ ਲੰਮੇ ਸਮੇਂ ਤੋਂ ਸਿੱਖ ਸ਼ਰਧਾਲੂ ਨਾਨਕ ਨਾਮ ਲੇਵਾ ਅਰਦਾਸਾਂ ਕਰਦੇ ਸੀ ਗੁਰੂ ਦੇ ਅੱਗੇ ਕਿ ਕਦੋਂ ਗੁਰੂ ਮਹਾਰਾਜ ਕਿਰਪਾ ਕਰਨ ਕਿ ਅਸੀਂ ਖੁੱਲ੍ਹੇ ਤੌਰ 'ਤੇ ਜਾ ਕੇ ਦਰਸ਼ਨ ਦਾਰੇ ਕਰ ਸਕੀਏ ਗੁਰੂ ਨਾਨਕ ਦੇਵ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਦੇ ਉੱਤੇ ਗੁਰੂ ਨਾਨਕ ਦੇਵ ਸਾਹਿਬ ਦੀ ਬੜੀ ਮਿਹਰ ਹੋਈ ਹੈ ਕਿ ਦੋਨੇ ਸਰਕਾਰਾਂ ਨੇ ਫੈਸਲਾ ਕੀਤਾ ਕਿ ਉਸ ਤਰ੍ਹਾਂ ਫੈਸਲੇ ਦੇ ਨਾਲ ਹੀ ਇਹ ਲਾਂਘਾ ਜਿਹੜਾ ਹੈ ਬਣਿਆ ਅੱਜ ਸ਼ਰਧਾਲੂ ਜਾ ਕੇ ਉੱਥੇ ਦੇਖੋ ਆਪਣੀ ਸ਼ਰਧਾ ਆਸਥਾ ਭਾਵਨਾ ਦੇ ਨਾਲ ਦਰਸ਼ਨ ਕਰਦੇ ਨੇ ਸੋ ਇਸ ਤਰ੍ਹਾਂ ਡੀ ਜੀ ਪੀ ਸਾਹਿਬ ਦੇ ਬਿਆਨ ਦੇ ਨਾਲ ਜਿੱਥੇ ਸ਼ਰਧਾਲੂਆਂ ਦੇ ਮਨਾਂ ਦੇ ਵਿੱਚ ਬਹੁਤ ਵੱਡੀ ਠੇਸ ਪਹੁੰਚੀ ਹੈ ਕਿਉਂਕਿ ਉਹ ਜਿਹੜੇ ਸ਼ਰਧਾਲੂ ਜਾਂਦੇ ਨੇ ਉਹਨੇ ਪੂਰੀ ਵੈਰੀਫਿਕੇਸ਼ਨ ਹੁੰਦੀ ਹੈ ਸਾਰੀ ਸਰਕਾਰ ਵੱਲੋਂ ਇਜਾਜ਼ਤ ਦਿੱਤੀ ਜਾਂਦੀ ਹੈ ਫਿਰ ਉੱਥੇ ਜਾਂਦੇ ਨੇ ਸਭ ਤੋਂ ਵੱਡੀ ਜ਼ਿੰਮੇਵਾਰੀ ਭਾਰਤ ਸਰਕਾਰ ਦੀ ਬਣਦੀ ਹੈ ਅਤੇ ਪਾਕਿਸਤਾਨ ਦੀ ਸਰਕਾਰ ਦੀ ਬਣਦੀ ਹੈ ਕਿ ਉਹਨਾਂ ਦੀ ਫੋਰਸ ਜਿਹੜੀ ਹੈ ਉਹ ਸਾਰੀ ਉਹ ਸਾਡੇ ਜਿਹੜੇ ਬਾਰਡਰ ਦੇ ਉੱਤੇ ਕੰਮ ਕਰਦੀ ਹੈ ਉਹਨਾਂ ਦੀ ਬੜੀ ਨਿਗਰਾਨੀ ਰੱਖਦੀ ਹੈ ਸੋ ਅਜਿਹੀਆਂ ਗੱਲਾਂ ਕਰਕੇ ਮੈਂ ਸਮਝਦਾ ਜਿੱਥੇ ਕਾਂਗਰਸ ਸਰਕਾਰ ਜਿਹੜੀ ਹੈ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੇ ਪਹਿਲਾਂ ਵੀ ਕਈ ਵਾਰ ਟਿੱਪਣੀਆਂ ਇਸ ਲਾਂਘੇ ਦੇ ਉੱਤੇ ਕੀਤੀਆਂ ਨੇ ਅਤੇ ਉਹੀ ਮਨਸਾ ਜਿਹੜੀ ਹੈ ਉਹਨਾਂ ਦੀ ਇਹਦੇ ਪਿੱਛੇ ਛੁਪੀ ਹੋਈ ਹੈ ਅੱਜ ਉਹ ਸਾਰੀ ਗੱਲ ਬਾਹਰ ਆ ਰਹੀ ਹੈ ਕਿ ਇਹ ਕਾਂਗਰਸ ਵਾਲੇ ਜਿਹੜੇ ਇਹਨਾਂ ਨੂੰ ਗੱਲ ਇਹ ਭਾਉਂਦੀ ਨਹੀਂ ਹੈਗੀ ਅੱਜ ਅਜਿਹੀਆਂ ਗੱਲਾਂ ਕਰਕੇ ਇਹ ਲਾਂਘਾ ਬੰਦ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਨੇ ਸੋ ਮੈਂ ਸਮਝਦਾ ਅਜਿਹੀ ਇਹਨਾਂ ਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਸਿੱਖਾਂ ਦੀ ਆਸਥਾ ਦੇ ਨਾਲ ਹੈ ਸ਼ਰਧਾਲੂਆਂ ਦੀ ਆਸਥਾ ਦੇ ਨਾਲ ਜੁੜੀ ਹੋਈ ਹੈ ਗੱਲ ਹੈ ਸੋ ਅਜਿਹੀਆਂ ਗੱਲਾਂ ਬੇਬੁਨਿਆਦ ਨੇ ਨਹੀਂ ਹੋਣੀਆਂ ਚਾਹੀਦੀਆਂ ਹੋਰ ਕੀ ਹੈ ਕਿ ਪਹਿਲਾਂ ਤਾਂ ਸਾਨੂੰ ਵਿਸਾਖੀ ਨੂੰ ਹੀ ਜ਼ਿਆਦਾ ਫੋਰਸ ਚਲਾਉਣੀ ਪੈਂਦੀ ਸੀ ਨਿਗਰਾਨੀ ਰੱਖਣੀ ਪੈਂਦੀ ਸੀ ਹੁਣ ਹਰ ਦਿਨ ਰੱਖਣੀ ਪੈਂਦੀ ਹੈ ਦੇਖੋ ਸਰਕਾਰੀ ਜ਼ਿੰਮੇਵਾਰੀਆਂ ਨੇ ਜਿੱਥੇ ਕਿਤੇ ਵੀ ਹਰ ਥਾਂ 'ਤੇ ਜੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕੋਈ ਵੀ ਪ੍ਰੋਗਰਾਮ ਕਰਨਾ ਹੈ ਜਿੱਥੇ ਵੀ ਕੋਈ ਹੈ ਉਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਰਾਖੀ ਕਰਨਾ ਉਹਨਾਂ ਨੂੰ ਸ਼ਰਧਾਲੂਆਂ ਨੂੰ ਵੀ ਸੁਰੱਖਿਅਤ ਰੱਖਣਾ ਅਤੇ ਹੋਰ ਹਰ ਗੱਲ ਤੋਂ ਧਿਆਨ ਰੱਖਣਾ ਇਹ ਸਰਕਾਰ ਦੀ ਜ਼ਿੰਮੇਵਾਰੀਆਂ ਨੇ ਆਪਣੀ ਜ਼ਿੰਮੇਵਾਰੀਆਂ ਉਹਨਾਂ ਨੂੰ ਹੋਣੀਆਂ ਚਾਹੀਦੀਆਂ ਉਹ ਸਟੇਟ ਨੂੰ ਚਾਹੀਦਾ ਨਹੀਂ ਸੀ ਉਹਦਾ ਤਾਂ ਬਣਦਾ ਹੀ ਨਹੀਂ ਅਧਿਕਾਰ ਹੀ ਨਹੀਂ ਹੈ ਉਹ ਸਟੇਟ ਦਾ ਦੇਵੇ ਕਿਉਂਕਿ ਦੋ ਦੇਸ਼ਾਂ ਦੀ ਗੱਲ ਹੈ ਔਰ ਦੋ ਦੇਸ਼ਾਂ ਦੀ ਫੋਰਸ ਹੈ ਦੋ ਦੇਸ਼ਾਂ ਦੀ ਆਪਣੀ ਫੋਰਨ ਪਾਲਿਸੀ ਦੇ ਮੁਤਾਬਕ ਸਾਰਾ ਇਹ ਕੰਮ ਹੁੰਦੇ ਨੇ ਸੋ ਇਹਨਾਂ ਦਾ ਤਾਂ ਕੋਈ ਅਧਿਕਾਰ ਨਹੀਂ ਬਣਦਾ ਕਿ ਇਹ ਆਪਦੇ ਤੌਰ 'ਤੇ ਅਜਿਹੀਆਂ ਗੱਲਾਂ ਕਰਨ ਇੱਥੋਂ ਤਾਂ ਇਹ ਲੱਗਦਾ ਕਿ ਇਹ ਮਨਸਾ ਜਿਹੜੀ ਹੈ ਪੰਜਾਬ ਸਰਕਾਰ ਦੀ ਕਹਿ ਲਈਏ ਇਹ ਬਹੁਤ ਮਾੜੀ ਹੈ
ਇਹਦੇ ਵਿੱਚ ਇਸ ਗੱਲ ਛੁਪੀ ਹੋਈ ਹੈ ਕਿ ਜਿਵੇਂ ਪਹਿਲਾਂ ਇਹ ਗੱਲਾਂ ਕਰਦੇ ਸੀ ਕੈਪਟਨ ਅਮਰਿੰਦਰ ਸਿੰਘ, ਕਈ ਵਾਰ ਇਹਨਾਂ ਨੇ ਪਹਿਲਾਂ ਵੀ ਇਸ ਲਾਂਘੇ 'ਤੇ ਕੀਤੀਆਂ, ਸੋ ਅੱਜ ਵੀ ਉਹੀ ਹੈਗੀ ਹੈ ਕਿ ਇਹਦੀ ਮਨਸਾ ਹੈ ਕਿ ਲਾਂਘਾ ਜਿਹੜਾ ਬੰਦ ਹੋਵੇ। ਅਕਾਲੀ ਦਲ ਟਕਸਾਲੀ ਕੱਲ੍ਹ ਰੈਲੀ ਕਰਨ ਜਾ ਰਿਹਾ ਜੀ, ਅਤੇ ਤੁਹਾਡਾ ਕੀ? ਦੇਖੋ ਜਿਹੜੀ ਉਹ ਰੈਲੀ ਹੋ ਰਹੀ ਹੈ ਕੋਈ ਟਕਸਾਲੀਆਂ ਦੀ ਨਹੀਂ, ਕੋਈ ਅਕਾਲੀ ਦਲ ਦੀ ਨਹੀਂ। ਉਹਦੇ ਵਿੱਚ ਆਮ ਤੌਰ 'ਤੇ ਕਾਂਗਰਸ ਵਾਲੇ, ਆਮ ਪਾਰਟੀ ਵਾਲੇ ਅਤੇ ਦੂਜੀਆਂ ਪਾਰਟੀਆਂ ਦਾ ਸਾਰਾ ਜ਼ੋਰ ਲੱਗਿਆ ਹੋਇਆ। ਖਾਸ ਤੌਰ 'ਤੇ ਜਿਹੜੇ ਸਾਡੇ ਸੰਤ ਬਹਾਦਰ ਸਿੰਘ ਜੀ ਦੀ ਮਹਾਨ ਧਰਤੀ ਹੈ ਮਸਤਵਾਣਾ ਸਾਹਿਬ, ਔਰ ਉਹਨਾਂ ਜਿੰਨੇ ਵੀ ਉੱਥੇ ਮੁਲਾਜ਼ਮ ਨੇ ਉਹ ਸਾਰਿਆਂ ਦੇ ਉੱਥੇ ਜੋ ਟਰੱਸਟ ਬਣਿਆ ਹੋਇਆ ਉਹਦੇ ਪ੍ਰਧਾਨ ਨੇ ਢੀਂਡਸਾ ਪਰਿਵਾਰ ਦੇ ਕੋਲ ਹੈ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਨੇ, ਉਹਨਾਂ ਨੇ ਸਾਰੇ ਮੁਲਾਜ਼ਮਾਂ ਦੀਆਂ ਪੂਰੀਆਂ ਉੱਥੇ ਜਿਹੜੀਆਂ ਡਿਊਟੀਆਂ ਲਾਈਆਂ ਨੇ ਕਿ ਹਰ ਜਿਹੜਾ ਇੱਥੇ ਨੌਕਰੀ ਕਰਦਾ ਮੁਲਾਜ਼ਮ ਉਹ ਪਿੰਡਾਂ ਵਿੱਚ ਜਾਓ ਅਤੇ ਸਾਰੇ ਵੱਧ ਤੋਂ ਵੱਧ ਬੱਸਾਂ ਭਰ ਕੇ ਜਿਹੜੀ ਸਾਡੀ ਰੈਲੀ ਵਿੱਚ ਲੈ ਕੇ ਆਓ। ਉਹ ਧਰਮ ਸਥਾਨ ਨੂੰ ਜਿਹੜੀ ਹੈ ਇਹ ਸਿਆਸਤ ਵਾਸਤੇ ਢੀਂਡਸਾ ਪਰਿਵਾਰ ਵਰਤ ਰਿਹਾ। ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਧਰਮ ਸਥਾਨਾਂ ਨੂੰ ਇਹਨਾਂ ਨੂੰ ਨਹੀਂ ਵਰਤਣਾ ਚਾਹੀਦਾ। ਅੱਜ ਸਾਰੀ ਸੰਗਤ ਸਾਡਾ ਜ਼ਿਲ੍ਹਾ ਸੰਗਰੂਰ ਚਾਹੁੰਦਾ ਕਿ ਜਿਸ 40 ਸਾਲ ਤੋਂ ਮਸਤਵਾਣਾ ਸਾਹਿਬ ਦੇ ਉੱਤੇ ਕਾਬਜ਼ ਨੇ ਢੀਂਡਸਾ ਪਰਿਵਾਰ, ਔਰ ਉਹਨਾਂ ਨੂੰ ਇਹ ਛੱਡ ਦੇਣਾ ਚਾਹੀਦਾ। ਇੱਕ ਪਾਸੇ ਸਿਆਸੀ ਰੁਤਬੇ ਵੀ ਵੱਡੇ ਵੱਡੇ ਲਏ ਹੋਣੇ, ਉਹ ਦੂਸਰੇ ਪਾਸੇ ਉਹ ਧਾਰਮਿਕ ਜਿਹੜੇ ਐਸੇ ਵੱਡੇ ਮਹਾਨ ਸਥਾਨ ਨੇ ਸਾਡੇ ਜ਼ਿਲ੍ਹੇ ਦੇ ਉਹਦੇ ਵੀ ਆਗੂ ਬਣੇ ਹੋਏ ਨੇ। ਸੋ ਉਹਨਾਂ ਨੂੰ ਜਿਹੜਾ ਇਹਨਾਂ ਨੂੰ ਧਾਰਮਿਕ ਸਥਾਨਾਂ ਨੂੰ ਰਾਜਨੀਤਿਕ ਤੌਰ 'ਤੇ ਇਸਤੇਮਾਲ ਨਹੀਂ ਕਰਨਾ ਚਾਹੀਦਾ। ਜਿੱਦਾਂ ਜੀ ਕੈਪਟਨ ਸਾਹਿਬ ਦੇ ਜਿਹੜੇ ਸਰਕਾਰ ਸੀ ਜ਼ਿਲ੍ਹੇ ਆਈ ਸੀ ਜਾਣ ਤੋਂ ਪਹਿਲਾਂ ਇਹਨਾਂ ਨੇ ਸੀ ਬੇਅਦਬੀ ਮੁੱਦਾ CBI ਤੋਂ ਉਹਦੀ ਜਾਂਚ ਕਰਾ ਕੇ ਲੋਕਾਂ ਸਾਹਮਣੇ ਰੱਖਾਂਗੇ, ਜੇਕਰ ਹੁਣ CBI ਰਿਪੋਰਟ ਨੂੰ ਉਹਨਾਂ ਨੇ ਇੱਕ ਪਾਸੇ ਰੱਖ ਕੇ ਨਵੀਂ SP ਦੇਖੋ ਸਾਡੀ ਪਹਿਲਾਂ ਹੀ ਅਸੀਂ ਵਾਰ ਵਾਰ ਕਹਿ ਰਹੇ ਸੀ ਕਿ ਜਿਹੜੀਆਂ ਇਹ ਗੱਲਾਂ ਕਰਦੇ ਨੇ ਇੱਕ ਸਿਆਸਤ ਤੋਂ ਪ੍ਰੇਰਿਤ ਨੇ, ਭਾਵੇਂ ਉਹ ਰਣਜੀਤ ਸਿੰਘ ਕਮਿਸ਼ਨ ਬਣਿਆ ਜਾਂ ਕੋਈ ਹੋਰ ਇਹਨਾਂ ਨੇ ਇਸ ਤਰ੍ਹਾਂ ਇਨਕੁਆਇਰੀਆਂ ਹੋਈਆਂ, ਉਹ ਸਾਰੀਆਂ ਰਾਜਨੀਤਿਕ ਪ੍ਰੇਰਿਤ ਨੇ। ਸਿਰਫ ਇੱਕ ਸਾਡੇ ਬਾਦਲ ਪਰਿਵਾਰ ਨੂੰ ਟਾਰਗੇਟ ਉਹਨਾਂ ਨੇ ਕੀਤਾ ਗਿਆ, ਲੇਕਿਨ ਨਿਕਲਿਆ ਕੁਝ ਵੀ ਨਹੀਂ ਹੈ। 3 ਸਾਲ ਹੋ ਗਏ, ਕੋਈ ਰਣਜੀਤ ਸਿੰਘ ਕਮਿਸ਼ਨ ਬਣਿਆ ਉਹਦੇ ਵਿੱਚ ਵੀ ਨਹੀਂ ਕੁਛ ਨਿਕਲਿਆ, ਅਤੇ ਜਿਹੜੀ ਉਹ ਸਿੱਟ ਬਣੀ ਸੀ ਉਹਦੇ ਵਿੱਚੋਂ ਵੀ ਨਹੀਂ ਕੁਝ ਨਿਕਲਿਆ ਹੈਗਾ। ਸਿਰਫ ਸਾਰੇ ਲੋਕ ਜਾਣਗੇ ਕਿ ਇਹਦੇ ਰਾਜਨੀਤੀ ਕੀਤੀ ਜਾ ਰਹੀ ਹੈ, ਨਾ ਇਹਨਾਂ ਦੀ ਮਨਸਾ ਹੈ ਕਿ ਅਸੀਂ ਉਹਦਾ ਜਿਹੜੇ ਵੀ ਉਹਦੇ ਦੋਸ਼ੀ ਲੱਭੀਏ। ਸੋ ਉਹਨਾਂ ਨੂੰ ਤਾਂ ਦੇਖੋ ਜੇਲ੍ਹਾਂ ਦੇ ਵਿੱਚ ਕਤਲ ਕਰਵਾ ਤਾ, ਅੱਜ ਉਹਦੇ ਜਿਹੜੇ ਗਵਾਹ ਨੇ ਉਹ ਵਾਰ ਵਾਰ ਕਹਿ ਰਹੇ ਨੇ ਕਿ ਸਾਡੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ, ਇਹਦੇ ਮੰਤਰੀ ਪਾ ਰਹੇ ਨੇ ਕਿ ਇਸ ਕਰਕੇ ਉਹਦੀ ਜਿਹੜੀ ਹੈਗੀ ਮੌਤ ਹੋਈ ਹੈ, ਦੂਸਰੇ ਵੀ ਕਹਿ ਰਹੇ ਨੇ। ਸੋ ਇਹ ਸਰਕਾਰ ਨੂੰ ਜਿਹੜੇ ਅਸੀਂ ਤਾਂ ਆਪ ਚਾਹੁੰਦੇ ਹਾਂ ਕਿ ਦੋਸ਼ੀ ਲੱਭਣੇ ਚਾਹੀਦੇ, ਦੋਸ਼ੀਆਂ ਨੂੰ ਸਖ਼ਤ ਮਿਲਣੀ ਚਾਹੀਦੀ ਹੈ ਕਿ ਗੁਰੂ ਦੀ ਬੇਅਦਬੀ ਹੋਈ ਹੈ, ਇਹਦੇ ਵਿੱਚ 2 ਨੌਜਵਾਨ ਸ਼ਹੀਦ ਹੋਏ ਨੇ। ਸੋ ਇਹਨਾਂ ਦੀ ਇਹ ਕੱਢਣ ਦੀ ਮਨਸਾ ਨਹੀਂ, ਸਿਰਫ ਇਹ ਸਿਆਸਤ ਕਰ ਰਹੇ ਨੇ। ਦੇਖੋ ਜਦੋਂ ਕੋਈ ਵੀ ਕੇਸ ਜਿਹੜਾ ਹੈਗਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਹੁੰਚ ਜਾਵੇ ਫਿਰ ਕਿਸੇ ਵੀ ਕੋਈ ਸਿੱਖ ਦਾ ਉਹ ਨਹੀਂ ਰਹਿੰਦਾ। ਇਹ ਸਾਰਾ ਕੇਸ ਵੱਖ ਵੱਖ ਜਥੇਬੰਦੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਗਏ ਹੋਏ ਨੇ, ਔਰ ਸ੍ਰੀ ਅਕਾਲ ਤਖ਼ਤ ਸਾਹਿਬ ਸਾਰਾ ਹੀ ਇਹਨੂੰ ਦੇਖ ਰਿਹਾ ਹੈ ਕੇਸ ਇਹਨਾਂ ਦੀ ਨੂੰ ਗੱਲ ਨੂੰ। ਉਹਨਾਂ ਨੇ 5 ਆਪਣੇ ਵਿਦਵਾਨਾਂ ਦੀ ਇੱਕ ਕਮੇਟੀ ਵੀ ਬਣਾ ਦਿੱਤੀ ਅਤੇ ਢੱਡੀਆਂ ਵਾਲੇ ਨੂੰ ਕਿਹਾ ਤੁਸੀਂ ਆ ਕੇ ਗੱਲ ਕਰੋ। ਸੋ ਮੈਂ ਉਹਨਾਂ ਨੂੰ ਵੀ ਵਾਰ ਵਾਰ ਵੀ ਬੇਨਤੀ ਕੀਤੀ ਹੈ, ਸੰਤ ਭਾਈ ਰਣਜੀਤ ਢੱਡੀਆਂ ਨੂੰ ਬੈਠ ਕੇ ਇਹ ਸੰਵਾਦ ਦੇ ਨਾਲ ਹੀ ਮਸਲਾ ਹੱਲ ਹੋਣਾ ਚਾਹੀਦਾ ਕਿ ਸਿੱਖਾਂ 'ਚ ਵੀ ਦੁਵਿਧਾ ਪਈ ਜਾ ਰਹੀ ਹੈ, ਕੋਈ ਦਫੇੜ ਨਹੀਂ ਪੈਣਾ ਚਾਹੀਦਾ, ਇਹਨੂੰ ਮਿਲ ਬੈਠ ਕੇ ਹੀ ਹੱਲ ਜਿਹੜਾ ਇਹ ਕਰ ਲੈਣਾ ਚਾਹੀਦਾ। ਉਹਨੂੰ ਆਪਣੀ ਜਿੱਦ ਛੱਡਣੀ ਚਾਹੀਦੀ ਹੈ। ਦੇਖੋ ਸਾਰਾ ਸੰਸਾਰ ਕਹਿ ਰਿਹਾ, ਸਾਰੇ ਪ੍ਰਚਾਰਕ ਕਹਿ ਰਹੇ ਨੇ ਵੀ ਆ ਕੇ ਬੈਠ ਕੇ ਇਹਨੂੰ ਹੱਲ ਕਰੋ। ਸੋ ਆਪਣੀ ਜਿੱਦ ਛੱਡ ਕੇ ਉਹਨਾਂ ਨੂੰ ਮਿਲ ਬੈਠ ਕੇ ਇਹ ਮਸਲਾ ਹੱਲ ਹੋਣਾ ਚਾਹੀਦਾ।